ਉੱਬਰ ਦੀ ਵੇਸਟੇਜ ਇੱਕ ਵੱਡੀ ਸਮੱਸਿਆ ਹੈ ਬੇਸ਼ੱਕ ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਡੈਰੀਆਂ ਨੇ ਜੇਕਰ ਗੱਲ ਲੁਧਿਆਣਾ ਦੀ ਕਰਦੇ ਹਾਂ ਤਾਂ ਲੁਧਿਆਣਾ ਦੇ ਵਿੱਚ ਡੈਰੀਆਂ ਦੀ ਵੇਸਟੇਜ ਜਿਹੜੀ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਬੁੱਢੇ ਦਰਿਆ ਦੇ ਵਿੱਚ ਛੁੱਟੀ ਜਾਂਦੀ ਹੈ ਜਿਸ ਨੂੰ ਲੈ ਕੇ ਬੇਸ਼ੱਕ ਐਨਜੀਟੀ ਵੱਲੋਂ ਕਈ ਜਿਹੜੇ ਨੇ ਨੋਟਿਸ ਵੀ ਜਿਹੜੇ ਨੇ ਜਾਰੀ ਕੀਤੇ ਗਏ ਨੇ ਡੈਰੀਆਂ ਨੂੰ ਪਰ ਹੁਣ ਉਹਨਾਂ ਦਾ ਜਿਹੜਾ ਹੱਲ ਹੁੰਦਾ ਨਜ਼ਰ ਆ ਰਿਹਾ ਹੈ ਇੱਕ ਮਸ਼ੀਨ ਜਿਹੜੀ ਨੌਜਵਾਨਾਂ ਵੱਲੋਂ ਤਿਆਰ ਕੀਤੀ ਗਈ ਹੈ ਜਿਸ ਦੇ ਰਾਹੀਂ ਅਸੀਂ ਕਹਿ ਸਕਦੇ ਹਾਂ ਕਿ ਗੋਬਰ ਦੀਆਂ ਜਿਹੜੀਆਂ ਨੇ ਪਾਥੀਆਂ ਦੀ ਜਗ੍ਹਾ ਦੇ ਉੱਤੇ ਹੁਣ ਜਿਹੜੇ ਖੰਭੇ ਜਾਂ ਅਸੀਂ ਲੱਕੜ ਦੇ ਵਾਂਗੂ ਜਿਹੜੇ ਬਾਲੇ ਨੇ ਉਹ ਤਿਆਰ ਹੋਣਗੇ ਜੋ ਕਿ ਫੈਕਟਰੀਆਂ ਦੇ ਵਿੱਚ ਵੀ ਜਿਹੜੇ ਨੇ ਬਾਲਣ ਦੇ ਕੰਮ ਆ ਸਕਦੇ ਨੇ ਗੱਲਬਾਤ ਕਰਾਂਗੇ ਨੌਜਵਾਨਾਂ ਦੇ ਨਾਲ ਜਿਨ੍ਹਾਂ ਵੱਲੋਂ ਇਹ ਮਸ਼ੀਨ ਜਿਹੜੀ ਆ ਤਿਆਰ ਕੀਤੀ ਗਈ ਹੈ ਸਰ ਕਦੋਂ ਜਿਹੜੀਆਂ ਮਸ਼ੀਨ ਤਿਆਰ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਜਿਹੜਾ ਇਹ ਆਈਡੀਆ ਜਿਹੜਾ ਹੈ ਅਸੀਂ 20 ਦਿਨ ਪਹਿਲਾਂ ਤਿਆਰ ਕੀਤੀ ਹੈ ਜੀ ਮਸ਼ੀਨ ਇਹ ਹਾਂਜੀ ਹਾਂਜੀ ਤੇ ਤਕਰੀਬਨ 15 ਕਿ ਦਿਨ ਹੋ ਗਏ ਇੱਥੇ ਹੁਣ ਚਲਾਉਂਦਿਆਂ ਨੂੰ ਸਾਨੂੰ ਹਾਂਜੀ ਹਾਂਜੀ ਤੇ ਗੋਹੇ ਦੀ ਵੇਸਟੇਜ ਬਹੁਤ ਜ਼ਿਆਦਾ ਹੋ ਰਹੀ ਸੀ ਇਸ ਕਰਕੇ ਅਸੀਂ ਇਹ YouTube ਤੋਂ ਦੇਖ ਕੇ ਮਤਲਬ ਬਣਾ ਲਈ ਮਸ਼ੀਨ ਹਾਂਜੀ ਤੇ ਹੁਣ ਵਧੀਆ ਚੱਲ ਪਈ ਆ ਤੇ ਬਾਲੇ ਬਣਦੇ ਆ ਲੱਕੜ ਲੱਕੜ ਵਾਂਗੂ ਜਲਦੇ ਆ ਜੀ ਇਹ ਅੱਛਾ ਜੀ ਤੇ ਵੇਸਟੇਜ ਸਾਡੀ ਬੰਦ ਹੋ ਗਈ ਆ ਉਹ ਜਿਹੜੀ ਖਰਾਬ ਹੁੰਦਾ ਸੀ ਗੋਬਰ ਸਾਰਾ ਇਹ ਕਿਹੜੀ ਜਗ੍ਹਾ ਤੇ ਉੱਤੇ ਲਗਾਈ ਗਈ ਆ ਤੇ ਕਿੰਨੀ ਕੀ ਜਿਹੜੀ ਇਸ ਦੇ ਉੱਪਰ ਜਿਹੜੀ ਲਾਗਤ ਲੱਗੀ ਪੈਰੋਮੁੰਨਾ ਪਿੰਡ ਆ ਜੀ ਪੈਰੋਮੁੰਨਾ ਪਿੰਡ ਦੀ ਇਹ ਗਊਸ਼ਾਲਾ ਹਾਂਜੀ ਹਾਂਜੀ ਤੇ ਗਊਸ਼ਾਲਾ ਦੇ ਪ੍ਰਧਾਨ ਸਾਹਿਬ ਨੇ ਸਾਡੇ ਰੁਲਦੂ ਰਾਮ ਜੀ ਉਹਨਾਂ ਦੇ ਸਹਿਯੋਗ ਨਾਲ ਅਸੀਂ ਲਾਈ ਆ ਇੱਥੇ ਹਾਂਜੀ ਤੇ ਇਹਦੇ ਚ 2 250 ਕਿਲੋ ਡੇਲੀ ਦਾ ਅਸੀਂ ਕੱਢ ਦਿੰਨੇ ਆ ਹਾਂਜੀ ਤੇ ਸੁੱਕ ਕੇ ਉਹ ਤਕਰੀਬਨ 70 80 ਕਿਲੋ ਰਹਿ ਜਾਂਦਾ ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਪਾਥੀਆਂ ਸੀ ਉਹਨਾਂ ਨੂੰ ਥੋੜੀ ਦਿੱਕਤ ਆਉਂਦੀ ਸੀ ਫੈਕਟਰੀਆਂ ਦੇ ਵਿੱਚ ਨਹੀਂ ਬਾਲ ਬਾਲੀਆਂ ਜਾਂਦੇ ਸੀ ਹੁਣ ਇਹਨਾਂ ਨੂੰ ਜਿਹੜਾ ਚੱਕਣਾ ਵੀ ਸੌਖਾ ਰੱਖਣਾ ਵੀ ਔਖਾ ਸੌਖਾ ਵਾ ਤੇ ਸਹੀ ਤਰੀਕੇ ਨਾਲ ਜਿਹੜਾ ਫੈਕਟਰੀਆਂ ਦੇ ਵਿੱਚ ਬਾਲਣ ਦੇ ਵੀ ਕੰਮ ਆ ਜਾਂਦਾ ਹਾਂਜੀ ਪਾਥੀ ਸੁੱਕਦੀ ਨਹੀਂ ਸੀ ਜੇ ਜਲਦੀ ਲੇਬਰ ਬਹੁਤ ਪੈਂਦੀ ਸੀ ਹੁਣ ਇਹਦੇ ਵਿੱਚ ਅਸੀਂ 2-250 ਕਿਲੋ ਰੋਜ਼ ਦਾ ਕੱਢ ਦਿੰਨੇ ਆ ਹਾਂਜੀ ਔਰ ਪਾਥੀਆਂ ਨਾਲੋਂ ਜਲਦੀ ਬਣਦੀ ਆ ਔਰ ਜਲਦੀ ਸੁੱਕਦੀ ਆ ਜਲਦੀ ਸੁੱਕਦੀ ਹਾਂਜੀ ਬਾਲਣ 'ਚ ਕੋਈ ਪ੍ਰੋਬਲਮ ਨਹੀਂ ਜੋ ਜਿੱਦਾਂ ਪਾਥੀ ਵਾਲੀ ਆ ਉਹਦੇ ਨਾਲੋਂ ਵਧੀਆ ਇਹ ਜਲਦੀ ਆ ਵਨਤੀ ਦੇਖਦੇ ਆ ਕਿ ਲੁਧਿਆਣਾ ਦੇ ਵਿੱਚ ਇੱਕ ਵੱਡੀ ਸਮੱਸਿਆ ਇਹੀ ਹੈ ਬੇਸਟੇਜ ਦੀ ਕਿਉਂਕਿ ਉਹ ਲਗਾਤਾਰ ਬੁੱਢਾ ਦਰਿਆ ਛੁੱਟੀ ਜਾਂਦੇ ਬੁੱਢਾ ਦਰਿਆ ਤਾਂ ਪ੍ਰਦੂਸ਼ਿਤ ਹੁੰਦਾ ਹੀ ਆ ਤੇ ਇੱਕ ਵੱਡੀ ਜਿਹੜੀ ਇਹ ਸਮੱਸਿਆ ਵੀ ਪੈਦਾ ਹੋ ਰਹੀ ਹੈ ਹਾਂਜੀ ਸਮੱਸਿਆ ਹੋ ਰਹੀ ਆ ਪਰ ਹੁਣ ਉਹ ਸਾਡੇ ਕੋਲ ਇੱਕ ਹੋਰ ਵੱਡੀ ਮਸ਼ੀਨ ਵੀ ਹੈਗੀ ਜਿਹੜੀ ਉਹ ਡਰਾਈ ਕਰਦੀ ਆ ਇਹ ਸਨ ਡਰਾਈ ਮਸ਼ੀਨ ਹਾਂਜੀ ਇਹਨੂੰ ਆਪਾਂ ਧੁੱਪ ਚ ਰੱਖ ਕੇ ਇਸ ਕਾ ਸਕਦੇ ਆ ਇੱਕ ਆਟੋਮੈਟਿਕ ਬਣਦੀ ਆ ਹੋਰ ਉਹ ਵੀ ਅਸੀਂ ਬਣਾ ਸਕਦੇ ਆਂ ਅਗਰ ਸਰਕਾਰ ਦਾ ਕੋਈ ਸਹਿਯੋਗ ਮਿਲੇ ਫਿਰ ਅਸੀਂ ਉੱਥੇ ਵੀ ਇੱਕ ਵੱਡਾ ਪਲਾਂਟ ਲਾ ਕੇ ਦਿੱਲੀ ਦਾ ਘਟੋ ਘੱਟ ਨਹੀਂ ਉੱਥੇ 10 ਟਨ ਮਾਲ ਦਿੱਲੀ ਦਾ ਖਤਮ ਕਰ ਸਕਦੇ ਆਂ ਮਤਲਬ ਉਹ ਛੇਤੀ ਜਿਹੜਾ ਉਹਦੇ ਨੂੰ ਵੀ ਤਿਆਰੀ ਜੜੀ ਸ਼ੁਰੂ ਕਰਵਾ ਹਾਂਜੀ ਹਾਂਜੀ ਉਸ ਬਿਲਕੁਲ ਸੁੱਕਾ ਨਿਕਲੂ ਉਸੇ ਟਾਈਮ ਹੀ ਜਲਾ ਸਕਦੇ ਆਂ ਉਹ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਵੱਲੋਂ ਜਿਹੜਾ ਸਹਿਯੋਗ ਕੀਤਾ ਹੈ ਕਿੱਦਾਂ ਦੇਖਦੇ ਹਾਂ ਬਾਈ ਜੀ ਜਿੱਦਾਂ ਪਹਿਲਾਂ ਤਾਂ ਹੁਣ ਲੱਕੜ ਜਿਹੜੀ ਆ ਖਤਮ ਹੁੰਦੀ ਜਾਂਦੀ ਸੀ ਉਹਨੂੰ ਕਹਿੰਦੇ ਸੀ ਵੀ ਦਰਖਤ ਨਾ ਕਟੋ ਪਰ ਹੁਣ ਕਹਿੰਦੇ ਤੁਸੀਂ ਜਿਹੜੀ ਆ ਆਯਾਤ ਕੀਤੀਆਂ ਮਸ਼ੀਨ ਕਿੱਦਾਂ ਇਹ ਕੰਮ ਕਰੂਗੀ ਕਿੰਨਾ ਕੁ ਜਿਹੜਾ ਫਾਇਦੇ ਹੋਣਗੇ ਦੇਖੋ ਜੀ ਸਾਡਾ ਮੇਨ ਮੋਟਿਵ ਤਾਂ ਇਹ ਸੀਗਾ ਵੀ ਪ੍ਰਦੂਸ਼ਣ ਘਟੇ ਜਿਹੜਾ ਨਾਲਿਆਂ ਚ ਪਾਉਂਦੇ ਆ ਨਾ ਗੋਬਰ ਨੂੰ ਜਦੋਂ ਮੱਛਰ ਪੈਦਾ ਹੁੰਦਾ ਬਿਮਾਰੀਆਂ ਲੱਗਦੀਆਂ ਨੇ ਜਿਹੜੀ ਇਹ ਚੀਜ਼ ਹੈ ਜੀ ਇਹ ਦੀ ਫਲੇਮ ਵੀ ਜ਼ਿਆਦਾ ਵਾ ਫੈਕਟਰੀਆਂ ਚ ਵੀ ਇਹ ਯੂਜ਼ ਹੋ ਸਕਦੀ ਆ ਤੇ ਜਿਵੇਂ ਫੈਕਟਰੀਆਂ ਚ ਲੱਕੜ ਦੀ ਜਗਾ ਆਪਾਂ ਇਹ ਯੂਜ਼ ਕਰ ਸਕਦੇ ਆ ਉਹਦੇ ਨਾਲ ਸਾਡੇ ਵਾਤਾਵਰਨ ਵੀ ਬਚੂਗਾ ਪ੍ਰਦੂਸ਼ਣ ਵੀ ਘਟੂਗਾ ਦਰਖਤ ਜਿੰਨੇ ਹੋਣਗੇ ਜਿਆਦਾ ਉਹਨੇ ਅਸੀਂ ਨਾ ਖੁਸ਼ਹਾਲ ਰਹਾਂਗੇ ਇਸ ਕਰਕੇ ਅਸੀਂ ਬਲਵੀਰ ਵੀਰ ਦੀ ਮਦਦ ਨਾਲ ਤੇ ਰੁਲਦੂ ਰਾਮ ਜੀ ਦੀ ਮਦਦ ਨਾਲ ਅਸੀਂ ਇਹ ਆਪ ਤਿਆਰ ਕੀਤੀ ਆ ਸਾਰੇ ਬਾਈ ਜੀ ਉਹਨਾਂ ਨੇ ਆਪ ਤਿਆਰ ਕੀਤੀ ਅਸੀਂ YouTube 'ਚ ਦੇਖੀ ਸੀ ਸੀ ਇਹ ਪਲਾਂਟ ਹਰਿਆਣੇ 'ਚ ਲੱਗਿਆ ਦੇਖਿਆ ਸੀਗਾ ਪੰਜਾਬ 'ਚ ਆਪਾਂ ਪਹਿਲਾ ਪਲਾਂਟ ਲਾਇਆ ਇਹ ਤੇ ਛੋਟਾ ਜਿਹਾ ਸਾਡਾ ਪ੍ਰਾਲਾ ਜੀ ਦੇ ਕਰਕੇ ਅਸੀਂ ਸਟਾਰਟ ਕੀਤਾ ਬਾਕੀ ਅੱਗੇ ਸਰਕਾਰ ਸਾਡਾ ਸਹਿਯੋਗ ਦੇਵੇ ਤਾਂ ਅਸੀਂ ਲੁਧਿਆਣੇ 'ਚ ਸਾਰੇ ਗੋਬਰ ਦਾ ਹੀ ਹੱਲ ਕਰ ਦਵਾਂਗੇ ਸਾਰੇ ਪੰਜਾਬ ਚ ਤਕਰੀਬਨ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਵੱਡੀ ਗਿਣਤੀ ਚ ਨੌਜਵਾਨ ਜਿਹੜਾ ਪਲਾਨ ਕਰ ਰਿਹਾ ਵੱਡੀ ਗਿਣਤੀ ਚ ਨੌਜਵਾਨ ਜਿਹੜਾ ਬਾਹਰ ਜਾ ਰਿਹਾ ਲੱਗਦਾ ਕਿ ਨੌਜਵਾਨਾਂ ਨੂੰ ਜਿਹੜਾ ਵਾ ਚਾਹੇ ਜਿਹੜੇ ਮਤਲਬ ਖੋਜਾਂ ਜੜੀਆਂ ਨੇ ਕਰਨੀ ਚਾਹੀਦੀਆਂ ਜਾਂ ਤੇ ਧਿਆਨ ਬਿਲਕੁਲ ਕਰਨੀ ਚਾਹੀਦੀਆਂ ਨੇ ਦੇਖੋ ਜੀ ਹੁਣ ਜਿਵੇਂ ਆਪਾਂ ਪੰਜਾਬ ਚ ਰਹਿੰਦੇ ਆਏ ਆਪਣੀ ਮਦਰ ਆ ਪੰਜਾਬ ਧਰਤੀ ਆਪਣੀ ਮਾਂ ਹਨ ਜੇ ਆਪਾਂ ਇਨੀ ਬਰੇ ਰਹਾਂਗੇ ਬਾਹਰ ਜਾ ਕੇ ਆਪਾਂ ਕੀ ਕਰਨਾ ਜੀ ਖਾਣੀਆਂ ਤਾਂ ਬੰਦੇ ਨੇ ਦੋ ਰੋਟੀਆਂ ਨੇ ਵੀ ਆਪਾਂ ਨੂੰ ਆਪਣੇ ਦੇਸ਼ ਬਾਰੇ ਵੀ ਸੋਚਣਾ ਚਾਹੀਦਾ ਵਾ ਕੰਮ ਕਰੋ ਤੇ ਆਪ ਦਾ ਖੁਸ਼ਹਾਲ ਰਹੋ ਤੇ ਆਂਦਰੋਸਤ ਰਹੋ ਜਿਸ ਤਰ੍ਹਾਂ ਜਿਹੜਾ ਇਕੱਲਾ ਬੰਦਾ ਕਹਿੰਦੇ ਇਕੱਲਾ ਤਾਂ ਰੁੱਕ ਵੀ ਜਿਹੜਾ ਮਾੜਾ ਹੁੰਦਾ ਹੁਣ ਰਲ ਮਿਲ ਕੇ ਤੁਸੀਂ ਜਿਹੜੀ ਮਸ਼ੀਨ ਤਿਆਰ ਕੀਤੀ ਕੀ ਲੱਗਦਾ ਕਿ ਨੌਜਵਾਨ ਜੇਕਰ ਇਦਾਂ ਇਕੱਠੇ ਹੋ ਜਾਣ ਇੱਕ ਤਾਂ ਵਧੀਆ ਖੋਜਾਂ ਹੋ ਸਕਦੀਆਂ ਨੇ ਤੇ ਇੱਕ ਅਸੀਂ ਵਾਤਾਵਰਣ ਨੂੰ ਆਪਣੇ ਜਿਹੜਾ ਦੇਸ਼ ਆਪਣੇ ਪੰਜਾਬ ਨੂੰ ਜਿਹੜਾ ਮੁਰੋਂ ਤੋਂ ਬਚਾ ਸਕਦੇ ਹਾਂ ਅੰਗਲਾ ਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਸਹਿਯੋਗ ਜ਼ਰੂਰੀ ਹੈ ਜੇ ਤੁਹਾਡਾ ਤੁਹਾਡੀ ਟੀਮ ਹੈਗੀ ਹੈ ਤਾਂ ਅਸੀਂ ਚਾਰ ਭਰਾ ਰਲ ਕੇ ਇਕੱਠੇ ਹੋ ਕੇ ਕੁਝ ਵੀ ਕਾਰਜ ਅਸੀਂ ਕਰ ਸਕਦੇ ਹਾਂ ਕਿਸੇ ਇੱਕ ਬੰਦੇ ਵਾਸਤੇ ਇਹ ਵਸ ਦੀ ਗੱਲ ਨਹੀਂ ਹੈਗੀ ਕਿਸੇ ਵੀ ਗੱਲ ਨੂੰ ਮਸਲੇ ਨੂੰ ਹੱਲ ਕਰਨਾ ਜਿੱਥੇ ਅਸੀਂ 4-5 ਭਰਾ ਹੈਗੇ ਆ ਉਹਨਾਂ ਦੇ ਸਹਿਯੋਗ ਨਾਲ ਅਸੀਂ ਕੁਝ ਵੀ ਕਾਰਜ ਕਰ ਸਕਦੇ ਆ ਤੇ ਚੰਗਾ ਅਸੀਂ ਮੈਸੇਜ ਆਉਣ ਵਾਲਾ ਜਿਹੜਾ ਸਾਡਾ ਯੂਥ ਹੈ ਉਹਨਾਂ ਨੂੰ ਚੰਗਾ ਮੈਸੇਜ ਦੇ ਸਕਦੇ ਆ ਵੀ ਇੱਥੇ ਰਹਿ ਕੇ ਵੀ ਅਸੀਂ ਬਹੁਤ ਕਾਰਜ ਕਰ ਸਕਦੇ ਆ ਕੀ ਸੋਚਿਆ ਕੀ ਸੀ ਜਦੋਂ ਬਣਾਉਣ ਲੱਗੇ ਸੀ ਉਦੋਂ ਕਿਸ ਤਰ੍ਹਾਂ ਦੀ ਜਿਹੜੀ ਸੋਚ万 ਦੇ ਵਿੱਚ ਆਈ ਸੀ ਤੇ ਕੀ ਲੱਗਦਾ ਸੀ ਕਿੰਨੇ ਕੁ ਜਿਹੜੇ ਫਾਇਦੇ ਹੋਣਗੇ ਜਾਂ ਕਾਮਯਾਬੀ ਦੇ ਪਿੱਛੇ ਕਿੰਨੇ ਦਿਨ ਲੱਗੇ ਕਿੰਨਾ ਕੁ ਸਮਾਂ ਇਹ ਅਸੀਂ YouTube ਤੋਂ ਦੇਖ ਕੇ ਸਾਨੂੰ ਫੁਰਨਾ ਫੁਰਿਆ ਸੀਗਾ ਤੇ ਕਾਫੀ ਸਾਨੂੰ ਵਧੀਆ ਲੱਗਿਆ ਸੀ ਆਪਸ ਵਿੱਚ ਫਿਰ ਡਿਸਕਸ ਕੀਤੀ ਇਹ ਗੱਲ ਨੂੰ ਵੀ ਆਪਾਂ ਇਹ ਪ੍ਰੋਜੈਕਟ ਕਰ ਸਕਦੇ ਆ ਤਾਂ ਵੀਰ ਜੀ ਦੇ ਸਹਿਯੋਗ ਨਾਲ ਤੇ ਰੋਲਦੂ ਰਾਮ ਜੀ ਦੇ ਸਹਿਯੋਗ ਨਾਲ ਫਿਰ ਅਸੀਂ ਇਸ ਚੀਜ਼ ਨੂੰ ਅਮਲ ਚ ਲਿਆਂਦਾ ਹੈਗਾ ਤੇ ਅਸੀਂ ਸੋਚ ਕਰਦੇ ਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪੰਜਾਬ ਦੇ ਪਸ਼ੂ ਪਾਲਕ ਨੇ ਡੇਰੀ ਫਾਰਮ ਵਾਲੇ ਨੇ ਜਾਂ ਜਿੰਨੀਆਂ ਵੀ ਗਊਸ਼ਾਲਾ ਨੇ ਤੇ ਸਾਡਾ ਮੋਟਿਵ ਇਹੀ ਰਹੇਗਾ ਵੀ ਉਥੇ ਹਰ ਜਗ੍ਹਾ ਇਹ ਆਪਾਂ ਪਲਾਂਟ ਲਾਂਚ ਕਰ ਸਕੀਏ ਤਾਂ ਜੋ ਆਪਾਂ ਵਾਤਾਵਰਨ ਨੂੰ ਬਚਾ ਸਕੀਏ ਜੀ ਬਿਲਕੁਲ ਵਾਤਾਵਰਨ ਨੂੰ ਬਚਾਉਣ ਦੀ ਗੱਲ ਕੀਤੀ ਆ ਕੁਝ ਕਹਿਣਾ ਚਾਹੁੰਦੇ ਬਜੀ ਹਾਂਜੀ ਵੀਰ ਜੀ ਸਭ ਤੋਂ ਵੱਡੀ ਗੱਲ ਸਾਨੂੰ ਤੁਹਾਡੇ ਪੱਤਰਕਾਰ ਵੀਰਾਂ ਦਾ ਬੜਾ ਸਹਿਯੋਗ ਚਾਹੀਦਾ ਤੁਸੀਂ ਸਾਰੀ ਦੁਨੀਆ 'ਚ ਇਹ ਸੰਦੇਸ਼ ਪਹੁੰਚਾਉਣਾ ਤੇ ਯੂਥ ਨੂੰ ਵੀ ਇਹ ਗੱਲ ਪਹੁੰਚ ਸਕੇ ਜਿਹੜੇ ਵਿਦੇਸ਼ਾਂ 'ਚ ਵੀ ਬੈਠੇ ਆ ਤੇ ਪੰਜਾਬ 'ਚ ਜਾਂ ਆਪਣੇ ਭਾਰਤ 'ਚ ਕਿਸੇ ਵੀ ਕੋਨੇ 'ਚ ਬੈਠੇ ਆ ਤੁਹਾਡੇ ਸਹਿਯੋਗ ਨਾਲ ਵੀ ਹੋਣਾ ਤੇ ਨਾਲ ਸਰਕਾਰ ਦਾ ਸਹਿਯੋਗ ਵੀ ਸਾਨੂੰ ਚਾਹੀਦਾ ਜੀ ਜੀ ਬਿਲਕੁਲ ਕਿਤੇ ਨਾ ਕਿਤੇ ਸਰਕਾਰ ਤੋਂ ਸਹਿਯੋਗ ਮੰਗਦੇ ਨੇ ਨੌਜਵਾਨ ਉੱਥੇ ਹੀ ਬੀਬੀਆਂ ਵੱਲੋਂ ਜਿੰਨਾ ਵੱਲੋਂ ਮਸ਼ੀਨ ਚਲਾਈ ਜਾਂਦੀ ਉਹਨਾਂ ਨਾਲ ਵੀ ਗੱਲਬਾਤ ਮਾਤਾ ਜੀ ਤੁਸੀਂ ਮਸ਼ੀਨ ਚਲਾਉਨੇ ਹੋ ਕਿੰਨਾ ਕ ਸੌਖਾ ਜਾਂ ਕਿੰਨਾ ਕ ਔਖਾ ਵਾ ਬਹੁਤ ਸੌਖਾ ਜੀ ਅਸੀਂ ਚਲਾ ਲੈਣੀ ਆ ਮਸ਼ੀਨ ਮਸ਼ੀਨ ਚਲਾ ਲੈਣੀ ਹੋ ਕਿੰਨਾ ਕ ਜਿਹੜਾ ਗੋਬਰ ਹੁੰਦਾ ਜਿਹਦਾ ਨਿਪਟਾਰਾ ਤੁਸੀਂ ਲੈਣ ਦੇ ਵਿੱਚ ਕਰ ਦਿੰਦੇ ਆ ਅਸੀਂ 4 ਜਿਹੜੇ ਹੋ ਜਾਂਦੇ ਨੇ ਹਰ ਰੋਜ਼ ਦੀ 4 ਜਿਹੜੇ ਹਰ ਰੋਜ਼ ਹੋ ਜਾਂਦੇ ਨੇ ਹਾਂਜੀ 4 ਵੀ ਹੋ ਜਾਂਣ 5 ਵੀ ਹੋ ਜਾਂਦੇ ਨੇ ਅੱਛਾ ਜਿੱਦਾਂ ਪਹਿਲਾਂ ਬੜਾ ਔਖਾ ਹੁੰਦਾ ਸੀ ਪਾਥੀਆਂ ਨੂੰ ਪਥਨਾ ਪਾਥੀਆਂ ਨੂੰ ਰੱਖਣਾ ਇਹਦੇ ਤੇ ਉਹਦੇ ਚ ਕਿੰਨਾ ਕੁ ਫਰਕ ਆ ਮਤਲਬ ਨਹੀਂ ਵੀਰ ਜੀ ਆ ਬਹੁਤ ਵਧੀਆ ਵਾ ਪਾਥੀਆਂ ਨਾਲੋਂ ਆ ਬਹੁਤ ਵਧੀਆ ਲੱਗਿਆ ਸਾਨੂੰ ਕੰਮ ਅੱਛਾ ਜੀ ਹਾਂਜੀ ਬਸ ਚੱਕਣਾ ਗੋਬਰ ਪਾਈ ਜਾਣਾ ਤੇ ਅੱਗੇ ਹਾਂਜੀ ਹਾਂਜੀ ਗੋਬਰ ਵਿੱਚ ਪਾਈ ਜਾਣਾ ਮਸ਼ੀਨ ਦੇ ਪੈਰਾਂ 'ਾਂ ਹੀ ਉੱਥੇ ਢੇਰੀ ਕਰੀ ਜਾਣਾ ਲੱਗਦਾ ਕਿ ਇਹਦੇ ਨਾਲ ਜਿਹੜਾ ਵਾ ਕੰਮ ਸੌਖਾ ਵੀ ਹੋ ਗਿਆ ਤੇ ਇਹਦੀ ਜਿਹੜੀ ਸੰਭਾਲ ਵੀ ਹਾਂਜੀ ਹਾਂਜੀ ਬਹੁਤ ਵਧੀਆ ਸੰਭਾਲ ਵੀ ਹੋ ਗਈ ਜੀ ਸਾਡਾ ਵੀ ਇਹ ਕੰਮ ਵਧੀਆ ਬਹੁਤ ਵਧੀਆ ਚੱਲ ਪਿਆ ਅਸੀਂ ਵੀ ਆਪਦੇ ਵਧੀਆ ਰੋਟੀ ਪਾਣੀ ਖਾਵਾਂਗੇ ਆ ਮਤਲਬ ਇੱਕ ਵੱਡਾ ਜਿਹੜਾ ਰੋਜਗਾਰ ਜਿਹੜਾ ਅਸੀਂ ਕਹਿ ਸਕਦੇ ਆ ਬੀਬੀ ਕੇ ਰੋਜਗਾਰ ਜਿਹੜਾ ਇੱਕ ਮਿਲ ਗਿਆ ਵਾ ਹੁਣ ਹਾਂਜੀ ਬਹੁਤ ਵਧੀਆ ਬਿਰਜੀ ਰੋਜਗਾਰ ਜਿਹੜਾ ਸਾਨੂੰ ਮਿਲੇ ਆ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਕੰਮ ਲੱਗਦਾ ਏ ਹਾਂਜੀ ਜੀ ਬਿਲਕੁਲ ਕਿਤੇ ਨਾ ਕਿਤੇ ਜਿੱਥੇ ਜਿਹੜਾ ਕਹਿੰਦੇ ਨੇ ਕਿ ਪਸ਼ੂਆਂ ਦੀ ਜਿਹੜੀ ਵੇਸਟੇਜ ਆ ਉਸ ਦਾ ਜਿਹੜਾ ਸਮਾਧਾਨ ਕੀਤਾ ਗਿਆ ਉੱਥੇ ਹੀ ਕੁਝ ਜਿਹੜੀਆਂ ਮਹਿਲਾਵਾਂ ਨੇ ਪਿੰਦੀਆਂ ਉਹਨਾਂ ਨੂੰ ਵੀ ਜਿਹੜਾ ਰੋਜਗਾਰ ਜਿਹੜਾ ਦਿੱਤਾ ਗਿਆ ਅਸੀਂ ਕਹਿ ਸਕਦੇ ਆ ਕਿ ਇੱਕ ਵੱਡਾ ਉਪਰਾਲਾ ਜਿਹੜਾ ਨੌਜਵਾਨਾਂ ਵੱਲੋਂ ਕੀਤਾ ਗਿਆ ਜਿਸ ਦੇ ਨਾਲ ਜਿਹੜਾ ਅਸੀਂ ਕਹਿ ਸਕਦੇ ਆ ਕਿ ਗੋਬਰ ਦੀ ਵੇ ਸੌਖਾ ਹੋ ਜਾਵੇ ਗਾ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜੋਨ